ਸ਼੍ਰੀਕਾਲ ਸਾਰਿਆਂ ਨੂੰ ਜੀ, ਮੈਂ ਪੱਤਰਕਾਰ ਹਰਮੇਲ ਸੁੰਗਲਾ ਪੰਜਾਬ ਟੀਵੀ ਤੋਂ। ਅੱਜ ਅਸੀਂ ਪਹੁੰਚੇ ਪਿੰਡ ਮਾਣਿਆਲੇ ਵਿੱਚ, ਜਿੱਥੇ ਕਿ ਪਹਿਲੀ ਵਾਰੀ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ, ਔਰ ਜ਼ਿਲ੍ਹਾ ਲੈਵਲ ਦੇ ਅਧਿਕਾਰੀ ਵੀ ਇੱਥੇ ਪਹੁੰਚ ਰਹੇ ਨੇ, ਔਰ ਸਭ ਤੋਂ ਵੱਡੀ ਮੇਨ ਗੱਲ ਤਾਂ ਇਹ ਵੀ ਇਹਨਾਂ ਦਾ ਪ੍ਰਬੰਧ ਬਹੁਤ ਵਧੀਆ ਲੱਗਾ ਹੈ। ਆਓ ਜਾਣਦੇ ਹਾਂ ਅੰਦਰ ਦੀਆਂ ਕੋਈ ਝਲਕੀਆਂ। ਤਹਿਸੀਲ ਬਲਾਚੌਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਦੇ ਪਿੰਡ ਮਾਣੇਵਾਲ ਵਿਖੇ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਦੇ ਨਾਲ ਮਨਾਇਆ ਗਿਆ। ਇਸ ਮੇਲੇ ਦੇ ਵਿੱਚ ਮੁੱਖ ਮਹਿਮਾਨ ਵਜੋਂ ਚੌਧਰੀ ਦਰਸ਼ਨ ਲਾਲ ਮੰਗੂਪੁਰ ਦੇ ਹੋਣਹਾਰ ਸਪੁੱਤਰ ਅਜੇ ਮੰਗੂਪੁਰ ਨੇ ਦੀਪ ਜਲਾ ਕੇ ਸਮਾਂ ਰੋਸ਼ਨ ਕੀਤਾ। ਇਸ ਮੇਲੇ 'ਤੇ ਪੁੱਜਿਆਂ ਹਰ ਵਰਗ ਦੀਆਂ ਔਰਤਾਂ ਨੇ ਨੱਚ ਗਾ ਕੇ ਆਪਣਾ ਮਨ ਪਰਚਾਵਾ ਕੀਤਾ। ਪ੍ਰਬੰਧਕਾਂ ਵੱਲੋਂ ਵੀ ਮੌਕੇ 'ਤੇ ਪੰਜਾਬੀ ਸੱਭਿਆਚਾਰ ਨਾਲ ਜੁੜਿਆ ਹੋਇਆ ਸਮਾਨ ਵੀ ਇਸ ਮੇਲੇ ਦੇ ਵਿੱਚ ਰੱਖਿਆ ਗਿਆ ਸੀ, ਜੋ ਪੰਜਾਬ ਦੇ ਵਿਰਸੇ ਨੂੰ ਦਰਸਾਉਂਦਾ ਸੀ। ਤੀਆਂ ਦਾ ਨਾਂ ਲੈਂਦਿਆਂ ਹੀ ਮਨ ਦੇ ਵਿੱਚ ਸਰੂਰ ਜਿਹਾ ਭਰ ਜਾਂਦਾ ਹੈ। ਤੀਆਂ ਸਾਉਣ ਦੇ ਮਹੀਨੇ ਦੇ ਚਾਨਣ ਪੱਖ ਤੋਂ ਤੀਜ ਵਾਲੇ ਦਿਨ ਸ਼ੁਰੂ ਹੁੰਦੀਆਂ ਹਨ ਅਤੇ ਪੁੰਨਿਆਂ ਨੂੰ ਖਤਮ ਹੋ ਜਾਂਦੀਆਂ ਹਨ। ਰੀਤ ਮੁਤਾਬਕ ਮਾਪੇ ਆਪਣੀ ਧੀਆਂ ਨੂੰ ਸਾਉਣ ਮਹੀਨਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੇਕੇ ਲਿਆਉਂਦੇ ਹਨ। ਕੁੜੀਆਂ ਹੱਥਾਂ ਤੇ ਮਹਿੰਦੀ ਲਾਉਂਦੀਆਂ ਹਨ ਤੇ ਨਾਲੇ ਰੰਗ ਬਿਰੰਗੀਆਂ ਚੂੜੀਆਂ ਵੀ ਚੜਾਉਂਦੀਆਂ ਹਨ। ਫਿਰ ਸ਼ਾਮ ਨੂੰ ਤਿਆਰ ਹੋ ਕੇ ਕਿਸੇ ਸਾਂਝੀ ਥਾਂ ਤੇ ਜਾਂਦੀਆਂ ਹਨ। ਪਿਪਲਾਂ, ਟਾਲੀਆਂ, ਬੋਰਾਂ ਤੇ ਪੀਂਘਾਂ ਪਾਉਂਦੀਆਂ ਹਨ। ਕੁੜੀਆਂ ਘਰ ਨੂੰ ਵਾਪਸ ਜਾਂਦੀਆਂ ਹਨ ਤੇ ਬਾਰ ਬਾਰ ਰੁਕ ਕੇ ਗਿੱਧਾ ਪਾਉਂਦੀਆਂ ਹਨ ਤੇ ਨਾਲੇ ਗੀਤ ਗਾਉਂਦੀਆਂ ਹਨ। ਘਰਾਂ ਨੂੰ ਜਾਂਦੀਆਂ ਹਨ ਅਤੇ ਵਾਪਸ ਘਰ ਨੂੰ ਜਾਂਦੇ ਸਮੇਂ ਹਰਾ ਘਾਹ ਪੁੱਟ ਕੇ ਲਿਆਉਂਦੀਆਂ ਹਨ ਤਾਂ ਜੋ ਬੀਜ ਦਾ ਘਰ ਸਾਉਣ ਦੇ ਮਹੀਨੇ ਦੇ ਵਾਂਗ ਹਰਿਆ ਭਰਿਆ ਰਹੇ। ਗਾਰਡਨ ਵੱਲੋਂ ਆਯੋਜਿਤ ਤੀਆਂ ਦਾ ਮੇਲਾ ਬਹੁਤ ਹੀ ਸ਼ਾਨਦਾਰ ਆਯੋਜਨ ਕੀਤਾ ਗਿਆ ਸਰਪੰਚ ਬਲਜਿੰਦਰ ਸਿੰਘ ਵੱਲੋਂ। ਇਸ ਇਲਾਕੇ 'ਚ ਮੈਂ ਸਮਝਦੀ ਹਾਂ ਸ਼ਾਇਦ ਪਹਿਲੀ ਵਾਰ ਇਹੋ ਜਿਹਾ ਮੇਲਾ ਲੱਗਿਆ ਜਿਹਨੂੰ ਸਾਰੀ ਪਿੰਡ ਨਿਵਾਸੀ ਬੜੇ ਹੀ ਦਿਲੋਂ ਜਾਨ ਨਾਲ, ਬੱਚਿਆਂ ਲਈ ਤਾਂ ਖਾਸ ਤੌਰ 'ਤੇ ਇਹ ਬਹੁਤ ਹੀ ਖੁਸ਼ੀ ਦਾ ਵਿਸ਼ਾ ਹੈ। ਵਿਜ਼ਨ ਵੇ ਵੱਲੋਂ ਵੀ ਸਪੈਸ਼ਲ ਸਟੋਲਸ ਲਗਾਏ ਗਏ ਨੇ ਗੇਮਸ ਦੇ ਤਾਂ ਫ੍ਰੀ ਮਹਿੰਦੀ ਸਟੋਲ ਦੇ। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਇਹ ਮੇਲਾ ਬਹੁਤ ਵਧੀਆ ਲੱਗੇਗਾ ਔਰ ਸਾਰਿਆਂ ਦਾ ਇੱਥੇ ਸਵਾਗਤ ਆ। ਅਜਿਹੇ ਮੇਲੇ ਜਿੱਥੇ ਨਵੀਂ ਪੀੜ੍ਹੀ ਨੂੰ ਆਪਣੇ ਸੱਭਿਆਚਾਰ ਨਾਲ ਜੋੜਨ ਵਿੱਚ ਸਹਾਈ ਹੁੰਦੇ ਹਨ, ਉੱਥੇ ਹੀ ਘਰੇਲੂ ਕੰਮਾਂ ਵਿੱਚ ਰੁੱਝੀਆਂ ਔਰਤਾਂ ਨੂੰ ਮਨੋਰੰਜਨ ਦਾ ਮੌਕਾ ਵੀ ਦਿੰਦੇ ਹਨ। ਬਲਾਚੌਰ ਤੋਂ ਪੰਜਾਬ ਟੀਵੀ ਲਈ ਹਰਮੇਲ ਸੁੰਗੜਾ ਦੀ ਰਿਪੋਰਟ।